ਅਵਤਾਰ ਸਿੰਘ ਜੋ ਕਿ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਬੜੇ ਹੀ ਉਪਰਾਲੇ ਕੀਤੇ ਜਾਂਦੇ ਹਨ, ਪਰ ਇਸ ਵਾਰ ਜਿਹੜਾ ਕਿ ਅਨੋਖਾ ਹੀ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਕਿ ਅਮਨ ਕੀ ਆਸ਼ਾ। ਅਮਨਦੀਪ ਹੋਸਪਿਟਲ ਵੱਲੋਂ ਇੱਕ ਆਪਣੇ ਜਿਹੜੇ ਅੰਮ੍ਰਿਤਸਰ ਦੇ ਗਰੀਬ ਲੋਕ ਨੇ, ਜਿਹੜੇ ਚੰਗੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਨੇ, ਖਾਸ ਕਰਕੇ ਇਹ ਅਮਨ ਕੀ ਆਸ਼ਾ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਇਹ ਉਹਨਾਂ ਵਾਸਤੇ ਸ਼ੁਰੂ ਕੀਤਾ ਗਿਆ। ਮੈਂ ਪਿਛਲੇ 40 ਸਾਲਾਂ ਤੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਕਟਿਸ ਕਰ ਰਹੇ ਹਾਂ, ਤੁਸੀਂ ਸਾਰੇ ਜਾਣਦੇ ਹੀ ਹੋ। ਸੋ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਹੜੇ ਚੰਗੇ ਹਸਪਤਾਲਾਂ ਦੇ ਵਿੱਚ ਜਾ ਕੇ ਇਲਾਜ ਕਰਾਉਣੋਂ ਡਰਦੇ ਨੇ, ਕਿਉਂਕਿ ਉਹਨਾਂ ਦੀ ਮਾਲੀ ਹਾਲਤ ਜਿਹੜੀ ਆ ਉਹਨਾਂ ਨੂੰ ਅਲਾਓ ਨਹੀਂ ਕਰਦੀ। ਉਹਦੇ ਨਾਲ ਨਾਲ ਉਹਨਾਂ ਨੇ ਆਪਣੀ ਹੈਲਥ ਇੰਸ਼ੋਰੈਂਸ ਵੀ ਨਹੀਂ ਕਰਵਾਈ ਹੁੰਦੀ, ਸੋ ਉਹ ਅੱਛੇ ਇਲਾਜ ਤੋਂ ਹਮੇਸ਼ਾ ਲਈ ਵਾਂਝੇ ਹੋ ਜਾਂਦੇ ਆ। ਸੋ ਇਹ ਬੇਸਿਕਲੀ ਉਹਨਾਂ ਲੋਕਾਂ ਵਾਸਤੇ ਆ। ਇਸ ਪ੍ਰੋਗਰਾਮ ਦੇ ਅੰਦਰ ਅਸੀਂ 3 ਮੈਂਬਰੀ ਕਮੇਟੀ ਬਣਾਈ ਆ। ਅੰਮ੍ਰਿਤਸਰ ਵੋਇਸ ਆਫ ਅੰਮ੍ਰਿਤਸਰ ਦੇ ਜਿਹੜੇ ਪ੍ਰੈਜੀਡੈਂਟ ਨੇ ਨੀਟਾ ਭੈਣ ਜੀ, ਔਰ ਸੁਰਿੰਦਰ ਦੁੱਗਲ ਜੀ ਜਿਹੜੇ ਫਾਰਮੇਸੀ ਐਸੋਸੀਏਸ਼ਨ ਦੇ ਪ੍ਰੈਜੀਡੈਂਟ ਨੇ, ਔਰ ਸੇਠ ਸਾਹਿਬ ਜਿਹੜੇ ਇੱਥੋਂ ਦੇ ਵਪਾਰ ਮੰਡਲ ਦੇ ਪ੍ਰੈਜੀਡੈਂਟ ਨੇ, ਇਹ ਇੱਕ ਕਮੇਟੀ ਬਣਾਈ ਗਈ ਹੈ। ਉਹਦਾ ਮਕਸਦ ਇਹ ਹੋਊਗਾ ਕਿ ਜਿਹੜਾ ਇਲਾਜ ਹੈ ਇਸ ਪ੍ਰੋਗਰਾਮ ਦੇ ਅੰਦਰ, ਸਸਤਾ ਇਲਾਜ ਜਿਹੜਾ, ਉਹ ਡਿਜ਼ਰਵਿੰਗ ਪੇਸ਼ੈਂਟਸ ਨੂੰ ਹੀ ਮਿਲੇ। ਇਹ ਨਾ ਹੋਵੇ ਕਿ ਸਿਫਾਰਸ਼ੀ ਮਰੀਜ਼ ਜਿਹੜੇ ਨੇ ਉਹ ਇਸ ਸਕੀਮ ਦਾ ਫਾਇਦਾ ਲੈ ਜਾਣ, ਔਰ ਡਿਜ਼ਰਵਿੰਗ ਲੋਕਾਂ ਦੀ ਜਿਹੜੀ ਉਹ ਸੇਵਾ ਨਾ ਹੋ ਪਾਏ। ਇਸ ਸਕੀਮ ਦੇ ਵਿੱਚ ਜਿਹੜੇ ਚਾਰਜਸ ਰੱਖੇ ਗਏ ਨੇ, ਉਹ ਇੱਕ ਦਿਨ ਦਾ ਖਰਚਾ ਹਸਪਤਾਲ ਦਾ, ਇਨਕਲੂਡਿੰਗ ਡਾਕਟਰਸ ਫੀਸ, ਨਰਸਿਸ ਫੀਸ ਐਂਡ ਬੈੱਡ ਰੈਂਟ, ਸਿਰਫ 700 ਰੁਪਇਆ ਰੱਖੀ ਗਈ ਹੈ। ਔਰ ਇਸ ਤੋਂ ਇਲਾਵਾ ਜੇ ਕਿਸੇ ਮਰੀਜ਼ ਦਾ ਓਪਰੇਸ਼ਨ ਦੀ ਲੋੜ ਪਏਗੀ, ਕਿਸੇ ਵੀ ਬਿਮਾਰੀ ਦਾ ਓਪਰੇਸ਼ਨ, ਸਿਰਫ ਹੱਡੀਆਂ ਦਾ ਨਹੀਂ, ਸਾਰੇ ਮਰੀਜ਼ਾਂ ਦਾ ਓਪਰੇਸ਼ਨ ਕਿਸੇ ਵੀ ਬਿਮਾਰੀ ਦਾ, ਉਹਦੇ 'ਤੇ ਉਹਨੂੰ 50% ਡਿਸਕਾਊਂਟ ਦਿੱਤਾ ਜਾਊਗਾ। ਔਰ ਜੇ ਕਿਸੇ ਨੇ ICU ਦੇ ਵਿੱਚ ਕਿਸੇ ਨੂੰ ਰਹਿਣਾ ਪੈ ਜਾਵੇ, ਸੀਰੀਅਸ ਹੋਵੇ ਮਰੀਜ਼, ICU ਦੇ ਖਰਚੇ 'ਤੇ ਵੀ 50% ਡਿਸਕਾਊਂਟ ਜਿਹੜਾ ਉਹਨਾਂ ਮਰੀਜ਼ਾਂ ਨੂੰ ਦਿੱਤਾ ਜਾਊਗਾ। ਇਹਦੇ ਨਾਲ ਨਾਲ ਫਾਰਮੇਸੀ ਦੇ ਉੱਤੇ, ਦਵਾਈਆਂ ਦੇ ਉੱਤੇ 20% ਡਿਸਕਾਊਂਟ ਦਿੱਤਾ ਜਾਊਗਾ, ਔਰ ਡਾਇਗਨੋਸਟਿਕਸ ਦੇ ਉੱਤੇ 10% ਡਿਸਕਾਊਂਟ ਦਿੱਤਾ ਜਾਊਗਾ। ਸੋ ਬੇਸਿਕ ਮਕਸਦ ਇਹੀ ਹੈ ਕਿ ਇਸ ਗੁਰੂ ਦੀ ਨਗਰੀ ਦੇ ਗਰੀਬ ਲੋਕ ਜਿਹੜੇ ਨੇ ਉਹ ਵੀ ਅੱਛਾ ਇਲਾਜ ਕਰਾ ਪਾਉਣ, ਉਹਦੇ ਤੋਂ ਵਾਂਝੇ ਨਾ ਰਹਿ ਜਾਣ। ਸਰ, ਜਿਸ ਤਰ੍ਹਾਂ ਕਿ ਇਹ ਪੂਰੇ ਪੰਜਾਬ ਵਾਸਤੇ ਤੁਹਾਡੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਜਾਂ ਅੰਮ੍ਰਿਤਸਰ ਵਾਸੀਆਂ ਵਾਸਤੇ? ਦੇਖੋ, ਇਨੀਸ਼ਲੀ ਇਹ ਉਪਰਾਲਾ ਜਿਹੜਾ ਨਾ, ਇਹ ਅੰਮ੍ਰਿਤਸਰ ਦੇ ਸ਼ਹਿਰੀ ਲੋਕਾਂ ਵਾਸਤੇ ਜਾਂ ਅੰਮ੍ਰਿਤਸਰ ਦੇ ਪਿੰਡਾਂ ਦੇ ਲੋਕਾਂ ਵਾਸਤੇ, ਅੰਮ੍ਰਿਤਸਰ ਡਿਸਟ੍ਰਿਕਟ ਦੇ ਲੋਕਾਂ ਵਾਸਤੇ, ਗੁਰੂ ਦੀ ਨਗਰੀ ਵਾਸਤੇ ਹੈ। ਪਰ ਜੇ ਪਰਮਾਤਮਾ ਦਾ ਹੁਕਮ ਹੋਊਗਾ ਤਾਂ ਫਿਰ ਇਹਨੂੰ ਅਸੀਂ ਬਾਕੀ ਪੰਜਾਬ ਵਾਸਤੇ ਵੀ ਐਕਸਟੈਂਡ ਕਰ ਸਕਦੇ ਹਾਂ। ਪੰਜਾਬ ਵਾਸਤੇ ਕਿ ਅਸੀਂ ਜਿੱਥੋਂ ਦੇ ਮਰਜ਼ੀ ਲੋਕ ਹੋਣ, ਜੇ ਕੋਈ ਗਰੀਬ ਬੰਦਾ ਆ ਹੀ ਜਾਂਦਾ ਗੁਰੂ ਦੀ ਨਗਰੀ ਦੇ ਵਿੱਚ, ਫਰਜ਼ ਕਰੋ ਕੋਈ ਹਰਿਆਣੇ ਤੋਂ ਆ ਗਿਆ ਜਾਂ ਹਿਮਾਚਲ ਤੋਂ ਜਾਂ JK ਤੋਂ ਆ ਗਿਆ, ਜੇ ਉਹ ਡਿਜ਼ਰਵਿੰਗ ਕੈਂਡੀਡੇਟ ਹੈ ਤਾਂ ਫਿਰ ਗੁਰੂ ਦੀ ਨਗਰੀ ਦੇ ਵਿੱਚ ਇਲਾਜ ਕਰਾਉਣ ਤੋਂ ਵਾਪਸ ਉਹਨੂੰ ਨਹੀਂ ਜਾਣਾ ਚਾਹੀਦਾ। ਅਸੀਂ ਡੈਫੀਨੇਟਲੀ ਉਹਨੂੰ ਵੀ ਅਡੋਪਟ ਕਰਾਂਗੇ। ਸਰ, ਜਿਸ ਤਰ੍ਹਾਂ ਕਿ ਕਿੰਨੇ ਬੈੱਡ ਦੀ ਸੁਵਿਧਾ ਜਿਹੜੀ ਤੁਹਾਡੇ ਵੱਲੋਂ ਸਰ ਦਿੱਤੀ ਜਾਏਗੀ? ਟੂ ਸਟਾਰਟ ਵਿਦ, 5 ਬੈੱਡ ਅਸੀਂ ਅਮਨਦੀਪ ਹੋਸਪਿਟਲ ਦੇ ਵਿੱਚ, ਔਰ 5 ਬੈੱਡ ਅਮਨਦੀਪ ਮੈਡੀਸਿਟੀ ਦੇ ਵਿੱਚ, ਔਰ 5 ਬੈੱਡ ਪਠਾਨਕੋਟ ਅਮਨਦੀਪ ਹਸਪਤਾਲ ਦੇ ਵਿੱਚ ਰਾਖਵੇਂ ਰੱਖੇ ਨੇ। ਪਰ ਜੇ ਲੋੜ ਹੋਈ ਤਾਂ ਇਹਨਾਂ ਬੈੱਡਸ ਦੀ ਗਿਣਤੀ ਅਸੀਂ ਵਧਾ ਵੀ ਸਕਦੇ ਹਾਂ। ਸਰ, ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਿ ਇੰਨਾ ਵਧੀਆ ਉਪਰਾਲਾ ਜਿਹੜਾ ਕਿ ਅੰਮ੍ਰਿਤਸਰ ਦੇ ਲੋਕਾਂ ਵਾਸਤੇ ਕਰਨਾ ਚਾਹੀਦਾ? ਦੇਖੋ, ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਰਹਿੰਦੀਆਂ, ਉਹ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ। ਸ਼ੁਰੂ 'ਚ ਇਹ ਸੀਗਾ ਕਿ ਨਸ਼ੇ ਬਹੁਤ ਵੱਧ ਰਹੇ ਹੈ, ਬੱਚਿਆਂ ਨੂੰ ਦੂਸਰੇ ਪਾਸੇ ਲਾਓ, ਖੇਡਾਂ 'ਚ ਲਾਓ। ਉਹਦੇ ਲਈ ਅਸੀਂ ਪਿਛਲੇ 15-20 ਸਾਲਾਂ ਤੋਂ ਜੱਦੋ ਜਹਿਦ ਕਰ ਰਹੇ ਹਾਂ।
ਪਿੰਡੋਂ ਪਿੰਡ ਜਾ ਕੇ ਸਪੋਰਟਸ ਦਾ ਸਮਾਨ ਜਿਹੜਾ ਉਹ ਬੱਚਿਆਂ ਨੂੰ ਡਿਸਟ੍ਰੀਬਿਊਟ ਕਰੀਦਾ ਕਿ ਕਿਸੇ ਵੀ ਤਰ੍ਹਾਂ ਇਹ ਨਸ਼ੇ ਤੋਂ ਬਚੇ ਰਹਿਣ। ਸੋ ਇਹ ਜਿਹੜੇ ਦਿਮਾਗ 'ਚ ਖਿਆਲ ਆਉਂਦੇ ਆ ਨਾ, ਕੋਈ ਫੈਕਟਰੀ ਨਹੀਂ ਹੁੰਦੀ ਬੇਸਿਕਲੀ, ਇਹ ਗੁਰੂ ਦੀ ਕਿਰਪਾ ਹੁੰਦੀ ਹੈ, ਮਹਾਰਾਜ ਦੀ ਕਿਰਪਾ ਹੁੰਦੀ ਹੈ ਵੀ ਆਹ ਕੰਮ ਚੰਗਾ ਹੈਗਾ, ਇਹ ਸੇਵਾ ਤੈਨੂੰ ਲਈ। ਸੋ ਉਸੇ ਦੌਰ ਦੇ ਵਿੱਚ ਇਹੀ ਜਿਹੜਾ ਖਿਆਲ ਆ ਗਿਆ ਕਿਸੇ ਦਿਨ ਸਾਡੀ ਫੈਮਿਲੀ ਦੇ ਦਿਮਾਗ 'ਚ, ਅਤੇ ਇਸ ਪਾਸੇ ਲੱਗ ਪਏ। ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਹੋਰ ਵੀ ਜ਼ਿਲ੍ਹੇ ਦੇ ਜਿਹੜੇ ਹੋਸਪਿਟਲ ਨੇ ਕਿ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਚੰਗੇ ਚੰਗੇ ਉਪਰਾਲੇ ਕਰਨੇ ਚਾਹੀਦੇ ਨੇ? ਗੱਲ ਤੁਹਾਡੀ ਠੀਕ ਹੈ, ਕਰਨੇ ਚਾਹੀਦੇ ਹੈ, ਪਰ ਇਹ ਹਰ ਇੱਕ ਬੰਦੇ ਦਾ ਆਪੋ ਆਪਣਾ ਸੋਚ ਹੈ, ਆਪੋ ਆਪਣਾ ਹਿਸਾਬ ਕਿਤਾਬ ਹੈ। ਪ੍ਰੋਬਲਮ ਇਹ ਹੈ ਹਸਪਤਾਲਾਂ ਦੀ ਕਿ ਹੋਸਪਿਟਲ ਇੰਡਸਟਰੀ ਜਿਹੜੀ ਹੈ ਉਹ ਕੋਈ ਬਹੁਤ ਜ਼ਿਆਦਾ ਲੰਬੀ ਚੌੜੀ ਪ੍ਰੋਫਿਟੇਬਲ ਇੰਡਸਟਰੀ ਨਹੀਂ ਹੈਗੀ, ਅਨਲਾਈਕ ਅਦਰ ਇੰਡਸਟਰੀਜ਼। ਜਿੰਨੇ ਬਾਕੀ ਪ੍ਰੋਫੈਸ਼ਨ ਨੇ ਨਾ, ਉਹਨਾਂ 'ਚ ਪ੍ਰੋਫਿਟੇਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ। ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਅਨਫੋਰਚੁਨੇਟਲੀ ਸਮੇਂ ਦੇ ਨਾਲ ਨਾਲ ਇੱਕ ਤਾਂ ਇਕੁਪਮੈਂਟ, ਜਿਹੜਾ ਮੈਡੀਕਲ ਇਕੁਪਮੈਂਟ ਬਹੁਤ ਮਹਿੰਗਾ ਹੋ ਗਿਆ, ਬਿਜਲੀ ਮਹਿੰਗੀ ਹੋ ਗਈ, ਹਸਪਤਾਲ ਨੂੰ ਰਨਿੰਗ ਕੋਸਟ ਜਿਹੜੀ ਆ ਉਹ ਬਹੁਤ ਮਹਿੰਗੀ ਹੋ ਗਈ। ਪ੍ਰੋਫਿਟੇਬਿਲਟੀ ਜਿਹੜੀ ਆ ਇਟ ਇਜ਼ ਅਰਾਊਂਡ 15-16%। ਸੋ 15-16% ਪ੍ਰੋਫਿਟ 'ਤੇ ਜੇ ਕੋਈ ਇੰਡਸਟਰੀ ਸਰਵਾਈਵ ਕਰ ਰਹੀ ਹੈ ਤਾਂ ਫਿਰ ਉਹ ਬਹੁਤ ਜ਼ਿਆਦਾ ਚੈਰਿਟੀ ਨਹੀਂ ਕਰ ਸਕਦੀ। ਹਾਲਾਂਕਿ ਮੈਂ ਸਮਝਦਾ ਕਿ ਸਾਰਿਆਂ ਤੋਂ ਜ਼ਿਆਦਾ ਚੈਰਿਟੀ ਹਜੇ ਵੀ ਡਾਕਟਰਸ ਹੀ ਕਰਦੇ ਨੇ, ਹਸਪਤਾਲ ਹੀ ਕਰਦੇ ਨੇ। ਜੇ ਕੋਈ ਮਰੀਜ਼ ਆ ਕੇ ਹਸਪਤਾਲ ਦੇ ਵਿੱਚ ਕਹਿ ਜਾਏ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਜੀ, ਪਰ ਮੈਂ ਮੇਰਾ ਇਲਾਜ ਕਰ ਦਿਓ, ਕੋਈ ਡਾਕਟਰ ਮੇਰੇ ਹਿਸਾਬ ਨਾਲ ਕਿਸੇ ਨੂੰ ਇਨਕਾਰ ਨਹੀਂ ਕਰਦਾ। ਡਾਕਟਰਸ ਫ੍ਰੀ ਕੈਂਪ ਵੀ ਲਾਉਂਦੇ ਆ, ਫ੍ਰੀ ਦਵਾਈਆਂ ਵੀ ਵੰਡਦੇ ਆ, ਪੂਅਰ ਪੇਸ਼ੈਂਟਸ ਦੀ ਫ੍ਰੀ ਸੇਵਾ ਵੀ ਕਰਦੇ ਆ, ਉਹ ਮੈਂ ਦੇਖਦਾ ਰਿਹਾ ਬੜੀ ਦੇਰ ਤੋਂ। ਸੋ ਜੇ ਤੁਸੀਂ ਹੋਸਪਿਟਲਸ ਕੋਲੋਂ ਇੱਦਾਂ ਦੀਆਂ ਚੀਜ਼ਾਂ ਐਕਸਪੈਕਟ ਕਰਦੇ ਹੋ, ਫਿਰ ਹੋਸਪਿਟਲ ਵੀ ਇਹ ਐਕਸਪੈਕਟ ਕਰਦੇ ਆ ਸਰਕਾਰਾਂ ਦੇ ਕੋਲੋਂ ਕਿ ਸਾਨੂੰ ਬਿਜਲੀ ਜਿਹੜੀ ਹੈ ਉਹ ਕਮ ਸੇ ਕਮ ਫ੍ਰੀ ਨਹੀਂ ਤਾਂ ਸਬਸਿਡਾਈਜ਼ ਰੇਟਸ 'ਤੇ ਤਾਂ ਦਿਓ। ਜੇ ਆਪਾਂ ਲੋਕਾਂ ਨੂੰ ਘਰਾਂ 'ਚ ਬਿਜਲੀਆਂ ਫ੍ਰੀ ਦੇ ਰਹੇ ਹਾਂ ਅਤੇ ਹਸਪਤਾਲ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਆ ਉਹਨਾਂ ਨੂੰ ਤੁਸੀਂ ਕਿਉਂ ਨਹੀਂ ਬਿਜਲੀ ਸਸਤੇ ਰੇਟਾਂ 'ਤੇ ਦੇ ਸਕਦੇ? ਸੋ ਦੈਟ ਇਜ਼ ਮਾਈ ਹੰਬਲ ਸਬਮਿਸ਼ਨ। ਦੂਸਰਾ, ਇਹਨੂੰ ਹਸਪਤਾਲਾਂ ਨੂੰ ਇੰਡਸਟਰੀ ਦਾ ਸਟੇਟਸ ਦਿਓ ਤਾਂ ਕਿ ਜਿਹੜਾ ਸਾਨੂੰ ਲੋਨ ਮਿਲੇ ਉਹ ਘੱਟੋ ਘੱਟ ਸਾਨੂੰ ਲੋਨ ਤਾਂ ਸਸਤਾ ਮਿਲੇ, ਕਿਉਂਕਿ ਹਸਪਤਾਲਾਂ ਦੀ ਰਨਿੰਗ ਕੋਸਟ ਬਹੁਤ ਜ਼ਿਆਦਾ। ਹਸਪਤਾਲਾਂ ਨੂੰ ਕੋਈ ਇਨਕਮ ਟੈਕਸ ਤੋਂ ਰਿਬੇਟ ਨਹੀਂ ਹੈ, ਤਕਰੀਬਨ 40% ਦੇ ਆਸ ਪਾਸ ਸਾਨੂੰ ਇਨਕਮ ਟੈਕਸ ਲੱਗਦਾ। ਸੋ ਸਾਨੂੰ ਉਹਦੇ 'ਚ ਹੀ ਰਿਬੇਟ ਮਿਲ ਦਿਓ। ਜੇ ਅਸੀਂ ਹਸਪਤਾਲਾਂ ਕੋਲੋਂ ਤੁਸੀਂ ਫ੍ਰੀ ਸਰਵਿਸਿਜ਼ ਮੰਗਦੇ ਹੋ ਜਾਂ ਸਬਸਿਡਾਈਜ਼ਡ ਸਰਵਿਸਿਜ਼ ਤੁਸੀਂ ਇੱਛਾ ਰੱਖਦੇ ਹੋ ਤਾਂ ਉਹਨੂੰ ਕੰਪਨਸੇਟ ਕਰਨ ਲਈ ਸਰਕਾਰਾਂ ਨੂੰ ਕੁਛ ਤਾਂ ਕਦਮ ਚੁੱਕਣੇ ਚਾਹੀਦੇ ਹੈ ਨਾ। ਪਰ ਸਰ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਡੇਂਗੂ ਦੀ ਬਿਮਾਰੀ ਹੈ, ਉਹ ਦਿਨੋਂ ਦਿਨ ਸਰ ਜ਼ਿਆਦਾ ਵੱਧ ਰਹੀ ਹੈ, ਕੀ ਕਾਰਨ ਹੈ ਸਰ? ਦੇਖੋ, ਡੇਂਗੂ ਦੀ ਬਿਮਾਰੀ ਇਕੱਲੇ ਅੰਮ੍ਰਿਤਸਰ ਦੀ ਬਿਮਾਰੀ ਨਹੀਂ ਹੈਗੀ, ਆਲ ਓਵਰ ਦਾ ਵਰਲਡ ਜਿਹੜੇ ਟ੍ਰੋਪੀਕਲ ਕੰਟਰੀਜ਼ ਹੁੰਦੇ ਆ ਉੱਥੇ ਮੱਛਰ ਪੈਦਾ ਹੁੰਦੇ ਆ, ਜਦੋਂ ਬਾਰਿਸ਼ਾਂ ਦੇ ਦਿਨ ਆਉਂਦੇ ਉਦੋਂ ਹੀ ਹੁੰਦਾ ਡੇਂਗੂ, ਮੱਛਰ ਪੈਦਾ ਹੁੰਦੇ ਆ ਐਂਡ ਉਹਦੇ ਨਾਲ ਇਹ ਡੇਂਗੂ ਪੈਦਾ ਹੁੰਦਾ। ਸੋ ਲੋਕਾਂ ਨੂੰ ਇਹ ਰਿਕੁਐਸਟ ਹੈ ਕਿ ਜਿਹੜਾ ਤੁਹਾਡੇ ਇਹ ਡੇਂਗੂ ਦਾ ਮੱਛਰ ਜਿਹੜਾ ਨਾ ਇਹ ਗੰਦੇ ਪਾਣੀ 'ਚ ਨਹੀਂ ਪੈਦਾ ਹੁੰਦਾ, ਇਹ ਘਰਾਂ ਦੇ ਸਾਫ਼ ਪਾਣੀ 'ਚ ਪੈਦਾ ਹੁੰਦਾ। ਸੋ ਆਪਾਂ ਘਰਾਂ 'ਚ ਜਿੰਨੇ ਵੀ ਕੂਲਰ ਲਾਏ ਹੋਏ ਆ ਉਹਨਾਂ ਦਾ ਪਾਣੀ ਸਾਨੂੰ ਚੇਂਜ ਕਰਨਾ ਚਾਹੀਦਾ। ਘਰ 'ਚ ਕਿਤੇ ਵੀ ਬਾਲਟੀ ਜਾਂ ਕੋਲੇ 'ਚ ਜਾਂ ਬਾਟੇ 'ਚ ਕਿਤੇ ਪਾਣੀ ਪਿਆ ਹੋਇਆ ਨਾ ਉਹਨੂੰ ਰੋੜ ਦਿਓ, ਉਹਨੂੰ ਪਾਣੀ ਨੂੰ ਤੁਸੀਂ ਜਮ੍ਹਾਂ ਨਾ ਰਹਿਣ ਦਿਓ ਤਾਂ ਆਪੇ ਡੇਂਗੂ 'ਤੇ ਕੰਟਰੋਲ ਹੋ ਜਾਊਗਾ। ਪਲੱਸ ਗੌਰਮੈਂਟ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਫ੍ਰੀਕੁਐਂਟਲੀ ਦੇ ਸ਼ੁੱਡ ਸਪਰੇ ਐਂਡ ਹਰ ਸਾਲ ਸਰਕਾਰਾਂ ਵੈਸੇ ਕਾਰਪੋਰੇਸ਼ਨ ਵਾਲੇ ਸਪਰੇ ਕਰਾਉਂਦੇ ਆ ਆਪਣੇ ਸਾਰੇ ਮਹੱਲਿਆਂ ਦੇ ਵਿੱਚ, ਸਾਰੇ ਕਾਰਪੋਰੇਸ਼ਨ ਦੇ ਵਾਰਡਸ ਦੇ ਵਿੱਚ। ਕੌਂਸਲਰਸ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਆਪਣੇ ਮਹੱਲਿਆਂ ਦਾ ਜ਼ੋਰ ਲਾ ਕੇ ਸਾਰੇ ਆਪਣੇ ਮਹੱਲੇ ਦੇ ਵਿੱਚ ਜਾਂ ਆਪਣੇ ਵਾਰਡ ਦੇ ਵਿੱਚ ਸਪਰੇ ਕਰਾਉਣ,
ਸੋ ਜਿੰਨੀ ਪ੍ਰੀਕੋਸ਼ਨਸ ਜ਼ਿਆਦਾ ਲੈ ਲਾਂਗੇ ਉਨਾ ਹੀ ਡੇਂਗੂ ਜਿਹੜੇ ਆ ਉਹ ਘੱਟ ਜਾਊਗਾ। ਸੋ ਇਟਸ ਨਾਟ ਓਨਲੀ ਫੋਰ ਅੰਮ੍ਰਿਤਸਰ, ਐਵਰੀ ਟਾਊਨ ਜਦੋਂ ਵੀ ਬਾਰਿਸ਼ ਆਉਣੀ ਆ ਸਾਰੇ ਪੰਜਾਬ 'ਚ, ਸਾਰੇ ਹਰਿਆਣੇ, ਯੂਪੀ, ਸਾਰਾ ਜਿੱਥੇ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਉੱਥੇ ਡੇਂਗੂ ਹੁੰਦਾ ਹੀ ਹੈ ਜੀ। ਸਰ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਤੌਰ 'ਤੇ ਕੋਈ ਲੋਕਾਂ ਦੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ? ਬੇਸਿਕਲੀ ਤਾਂ ਦੇਖੋ ਦੋ ਤਿੰਨ ਗੱਲਾਂ ਇੰਪੋਰਟੈਂਟ ਹੈਗੀਆਂ। ਸਭ ਤੋਂ ਵੱਡੀ ਦੌਲਤ ਜਿਹੜੀ ਇਨਸਾਨ ਦੀ ਹੈ ਉਹ ਤੁਹਾਡੇ ਬੱਚੇ ਆ। ਸੋ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਰੱਖੋ ਕਿਸੇ ਵੀ ਕੋਸਟ 'ਤੇ, ਉਹਨਾਂ ਨੂੰ ਖੇਡਾਂ ਦੇ ਨਾਲ ਜੋੜੋ। ਇਸ ਤੋਂ ਬਾਅਦ ਇੰਪੋਰਟੈਂਟ ਚੀਜ਼ ਹੈ ਤੁਹਾਡੀ ਹੈਲਥ। ਜੇ ਤੁਹਾਡੀ ਹੈਲਥ ਇਨਸ਼ੋਰਡ ਨਹੀਂ ਹੈ, ਜੇ ਤੁਸੀਂ ਆਪਣੀ ਸਿਹਤ 'ਤੇ ਪੈਸੇ ਲਾਉਣ ਲਈ ਤਿਆਰ ਨਹੀਂ ਹੋ ਜਾਂ ਪੈਸੇ ਬਚਾ ਕੇ ਨਹੀਂ ਰੱਖਦੇ ਜਾਂ ਹੈਲਥ ਇੰਸ਼ੋਰੈਂਸ ਨਹੀਂ ਕਰਾ ਕੇ ਰੱਖਦੇ, ਦੁਨੀਆ ਦਾ ਕੋਈ ਵੀ ਬੰਦਾ ਐਸਾ ਨਹੀਂ ਆ ਜਿਹਨੂੰ ਕਿਸੇ ਨਾ ਕਿਸੇ ਵੇਲੇ ਕੋਈ ਨਾ ਕੋਈ ਬਿਮਾਰੀ ਲੱਗਣੀ ਨਹੀਂ ਹੈ। ਸਭ ਨੂੰ ਬਿਮਾਰੀਆਂ ਲੱਗਣੀਆਂ, ਕਿਸੇ ਦੇ ਐਕਸੀਡੈਂਟ ਹੋਣੇ ਆ, ਕਿਸੇ ਨੂੰ ਕੈਂਸਰ ਹੋਣਾ ਹੈ, ਬਲੱਡ ਪ੍ਰੈਸ਼ਰ, ਸ਼ੂਗਰ, ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਸਭ ਨੂੰ ਹੋਣੀਆਂ। ਸੋ ਅਸੀਂ ਕਬੂਤਰ ਵਾਂਗੂ ਅੱਖਾਂ ਮੀਟ ਕੇ ਨਾ ਬੈਠੇ ਰਹੀਏ ਵੀ ਪਤਾ ਨਹੀਂ ਸਾਨੂੰ ਕੋਈ ਬਿਮਾਰੀ ਲੱਗਣੀ ਕਿ ਨਹੀਂ ਲੱਗਣੀ, ਲੱਗਣੀ ਹੈ ਸਾਰਿਆਂ ਨੂੰ ਲੱਗਣੀ ਹੈ। ਸੋ ਉਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ। ਤਿਆਰੀ ਇੱਕੋ ਹੀ ਹੈ ਕਿ ਆਪਣੀ ਹੈਲਥ ਇੰਸ਼ੋਰੈਂਸ ਚੰਗੀ ਕੰਪਨੀਜ਼ ਤੋਂ ਕਰਾ ਕੇ ਰੱਖੋ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਇਲਾਜ ਜਿਹੜਾ ਨਾ ਉਹਦੇ ਤੋਂ ਵਾਂਝੇ ਨਾ ਰਹੋ। ਮੇਰੇ ਇੱਕ ਰਿਲੇਟਿਵਸ ਨੂੰ ਪਿੱਛੇ ਜੇ ਬੜੀ ਭਿਆਨਕ ਬਿਮਾਰੀ ਹੋ ਗਈ, ਕੈਂਸਰ ਦੀ ਬਿਮਾਰੀ ਹੋ ਗਈ, ਬਹੁਤ ਖਰਚਾ ਹੋਇਆ ਬਟ ਪੱਲਿਓਂ ਕੁਛ ਨਹੀਂ ਲੱਗਿਆ। ਸੋ ਦੈਟ ਇਜ਼ ਦਾ ਬੈਨੀਫਿਟ ਆਫ ਹੈਲਥ ਇੰਸ਼ੋਰੈਂਸ। ਓਕੇ, ਧੰਨਵਾਦ ਸਰ। ਹੁਣ ਜਿਸ ਤਰ੍ਹਾਂ ਕਿ ਸਾਡੀ ਡਾਕਟਰ ਸਾਹਿਬ ਨਾਲ ਗੱਲਬਾਤ ਹੋਈ ਹੈ ਕਿ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ ਕਿ ਸਾਨੂੰ ਹੈਲਥ ਇੰਸ਼ੋਰੈਂਸ ਜਿਹੜੀ ਕਰਵਾਉਣੀ ਬਹੁਤ ਹੀ ਜ਼ਰੂਰੀ ਹੈ ਕਿ ਕੱਲ੍ਹ ਨੂੰ ਕੋਈ ਰੱਬ ਨਾ ਕਰੇ ਕੋਈ ਵੀ ਕਿਤੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਅਤੇ ਅਸੀਂ ਆਪਣੀ ਜਿਹੜੀ ਬਿਮਾਰੀ ਦਾ ਜਿਹੜਾ ਕਿ ਹੱਲ ਜਿਹੜਾ ਜਾ ਕੇ ਹੋਸਪਿਟਲ ਦੇ ਵਿੱਚ ਕਰਵਾ ਸਕੀਏ। ਕੈਮਰਾਮੈਨ ਵਿੱਕੀ ਦੇ ਨਾਲ, ਰਿਪੋਰਟਰ ਗੌਰਵ ਕੁਮਾਰ, ਅੰਮ੍ਰਿਤਸਰ।